ਕਿ ਕੱਲ ਇਨਫੋਰਮੇਸ਼ਨ ਆਈ ਸੀਗੀ ਕਿ ਕੋਈ ਬੰਦੇ ਆ ਉਹਨਾਂ ਕੋਲ ਜਿਹੜਾ ਨਸ਼ੀਲਾ ਕੋਈ ਪਦਾਰਥ ਮਿਲ ਸਕਦਾ ਜੇ ਹੁਣੇ ਤੁਸੀਂ ਰੇਡ ਕਰੋ ਉਹਦੇ ਵਿੱਚ ਐਸਐਸਪੀ ਸਾਹਿਬ ਨੇ ਡੀਐਸਪੀ ਸਾਡੇ ਡੀ ਤੇ ਸੀਆਈਏ ਇਨਚਾਰਜ ਦੀ ਡਿਊਟੀ ਲਾਈਨ ਹੈ ਤੇ ਇਹਨਾਂ ਨੂੰ ਉੱਥੇ ਮਲਕਪੁਰ ਚੌਂਗ ਦੇ ਵਿੱਚ ਦੋ ਬੰਦੇ ਸੀਗੇ ਇੱਕ ਦਾ ਨਾਮ ਸੀਗਾ ਰਜੇਸ਼ ਕੁਮਾਰ ਤੇ ਇੱਕ ਦਾ ਸੀਗਾ ਸੁਨੀਲ ਕੁਮਾਰ ਜੋ ਕਿ ਰਾਜਸਥਾਨ ਦੇ ਰਹਿਣ ਵਾਲੇ ਸੀਗੇ ਤੇ ਉਹਨਾਂ ਕੋਲ 3 ਕਿਲੋ 20 ਗ੍ਰਾਮ ਜਿਹੜੀ ਸਾਨੂੰ ਅਫੀਮ ਮਿਲੀ ਐ ਉਹ ਚੋਂ ਪਰਚਾ ਸੀ ਦਰਜ ਜਿਹੜਾ ਸੁਜਾਨਪੁਰ ਕੀਤਾ 175 ਨੰਬਰ ਐਫ ਆਈ ਆਰ ਲੋਜ ਹੋਈ ਐ ਤੇ ਇਹਨਾਂ ਦਾ ਹੁਣ ਜਦੋਂ ਅਸੀਂ ਇਹਨਾਂ ਨੂੰ ਮਾਨਜੋ ਕੋਰਟ ਦੇ ਵਿੱਚ ਲੈ ਕੇ ਜਾਵਾਂਗੇ ਰਿਮਾਂਡ ਲਾਵਾਂਗੇ ਇਹਨਾਂ ਨੇ ਕਿੱਥੇ ਕਿੱਥੇ ਫੀਮ ਵੇਚਣੀ ਸੀਗੀ ਤੇ ਕਿੱਦਾਂ ਕਿੱਦਾਂ ਇਹ ਤਸਕਰ ਜਿਹੜਾ ਇੰਟਰਨੈਸ਼ਨਲ ਤਸਕਰ ਹੈ ਇਹ ਪਹਿਲੇ ਆਪਣੇ ਸੈਂਪਲ ਭੇਜਦੇ ਨੇ ਜਿਨ੍ਹਾਂ ਨੂੰ ਉਹਨਾਂ ਨੇ ਭੇਜਣੀ ਹੋਈ ਫਿਰ ਉੱਥੋਂ ਡਿਮਾਂਡ ਆਂਦੀ ਇਹਨਾਂ ਨੂੰ ਤੇ ਫਿਰ ਉਹਦੇ ਵਿੱਚ ਜਿਹੜਿਆ ਇਨ ਨਸ਼ੇ ਦਾ ਵਪਾਰ ਕਰਦੇ ਨੇ ਇਹਨਾਂ ਦਾ ਹਾਲੀ ਤੱਕ ਬੈਕਗ੍ਰਾਉਂਡ ਹੀ ਪਤਾ ਲੱਗਾ ਕਿ ਇਹ ਨਸ਼ੇ ਦੇ ਵਿੱਚ ਲਿਪਟ ਸੀਗੇ ਇਹ ਪਹਿਲਾਂ ਵੀ ਕਿਤੇ ਵੇਚਦੇ ਸੀਗੇ ਪਰ ਹਾਲ ਹੀ ਅਸੀਂ ਰਿਮਾਂਡ ਲਵਾਂਗੇ ਮਾਨਯੋਗ ਅਦਾਲਤ ਤੋਂ ਫਿਰ ਸਾਰਾ ਜਿਹੜਾ ਤੁਹਾਨੂੰ ਕਲੀਅਰ ਕਰਕੇ ਦੱਸਾਂਗੇ ਇਹ ਬਹੁਤ ਵੱਡੀ ਰਿਕਵਰੀ ਹੋਈ ਆ ਆਪਣੇ ਪਠਾਨਕੋਟ ਵਿੱਚ ਆਪਣੇ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਔਰ ਪਹਿਲੇ ਵੀ ਐਸਐਸਪੀ ਸਰ ਨੇ ਬਹੁਤ ਪਰਚੇ ਜਿਹੜੇ ਤੁਸੀਂ ਪਤਾ ਤੁਹਾਨੂੰ ਦਰਜ ਕੀਤੇ ਨੇ ਚਾਹ ਹਿਰੋਇਨ ਦੇ ਹੋਣ ਚਾਹੇ ਚੀਤੇ ਦੇ ਹੋਣ ਜਿਹੜੇ ਵੀ ਗਲਤ ਅੰਸਰੇ ਉਹ ਕੋਈ ਵੀ ਬਖਸ਼ਿਆ ਨਹੀਂ ਜਾਏਗਾ ਐਸਐਸਪੀ ਸਾਹਿਬ ਦੀਆਂ ਸਖਤ ਹਦਾਇਤਾਂ ਹੀ ਸਾਨੂੰ ਸਾਰੇ ਅਫਸਰਾਂ ਨੂੰ ਕੋਈ ਪੰਜਾਬ ਆਪਣੇ ਪਠਾਨਕੋਟ ਪੁਲਿਸ ਨੂੰ ਕਿ ਕੋਈ ਵੀ ਇਹੋ ਜਿਹਾ ਸਖਤ ਜਿਹੜਾ ਆਪਣੇ ਸਮਾਜ ਦੇ ਵਿੱਚ ਕੋਈ ਗਲਤ ਕੰਮ ਕਰਦਾ ਉਹਨੂੰ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ ਪੇਜ ਫੋਲੋ ਕਰੋ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ YouTube ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ ਹਰ ਇੱਕ ਤਰ੍ਹਾਂ ਦੀ ਲੇਟੈਸਟ ਬ੍ਰੇਕਿੰਗ ਖਬਰ ਲਈ ਸਾਨੂੰ ਤੁਸੀਂ Instagram ਦੇ ਉੱਤੇ ਵੀ ਫੋਲੋ ਕਰੋ ਦੇਸ਼ ਵਿਦੇਸ਼ ਦੀ ਹਰ ਇੱਕ ਤਰ੍ਹਾਂ ਦੀ ਖਬਰ ਹੁਣ ਤੁਹਾਨੂੰ ਮਿਲੇਗੀ ਸਿਰਫ ਅੱਜ ਦੀ ਆਵਾਜ਼ ਦੇ ਉੱਤੇ ਤੁਸੀਂ ਅਸ ਦੀ ਆਵਾਜ਼ ਦਾ ਈ-ਪੇਪਰ ਐਡੀਸ਼ਨ ਪੜਨ ਲਈ ਸਾਡੀ ਵੈੱਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ ਕੈਨੇਡਾ ਹੋਵੇ ਜਾਂ ਫਿਰ ਇੰਗਲੈਂਡ ਅਮਰੀਕਾ ਹੋਵੇ ਜਾਂ ਫਿਰ ਆਸਟ੍ਰੇਲੀਆ ਪੰਜਾਬੀ ਭਾਈਚਾਰੇ ਨਾਲ ਜੁੜੀ ਹਰ ਇੱਕ ਖਬਰ ਪਹੁੰਚਾਈ ਜਾਵੇਗੀ ਤੁਹਾਡੇ ਤੱਕ ਚੁਕੇ ਜਾਣਗੇ ਮਸਲੇ ਹੋਵੇਗੀ ਹੱਕ ਦੀ ਗੱਲ ਗਰੀਪਾ ਅਤੇ ਪਿਛੜਿਆਂ ਦਾ ਇੱਕੋ ਇੱਕ ਪਰੋਸੇਮਾਨ ਨਿਊਜ਼ ਚੈਨਲ ਅਸ ਦੀ ਆਵਾਜ਼ ਰੋਜ਼ਾਨਾ ਅਸ ਦੀ ਆਵਾਜ਼ ਪੰਜਾਬ ਦੀ ਪਰੋਸੇਮਾਨ ਅਖਬਾਰ